ਮੈਂ ਬਲੌਗ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅਤੇ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਪੰਜਾਬੀ ਟਰੈਵਲ ਕਪਲ। ਅਸੀਂ ਅੱਜ ਹਾਂ ਹਜ਼ੂਰ ਸਾਹਿਬ ਅਤੇ ਅੱਜ ਦੇ ਬਲੌਗ 'ਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਿਹੜੇ ਬਾਬਾ ਨਾਮਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਅਤੇ ਅੱਜ ਉਹ ਦੇਖ ਕੇ ਆਵਾਂਗੇ। ਹਜ਼ੂਰ ਸਾਹਿਬ ਲਈ ਤੁਹਾਨੂੰ 3-4 ਦਿਨ ਚਾਹੀਦੇ ਆ ਅਤੇ ਇੱਕ ਦਿਨ ਆਪਾਂ ਜਿਵੇਂ ਨਾਨਕ ਝੀਰਾ ਸਾਹਿਬ, ਇੱਕ ਦਿਨ ਕਰਨਾਟਕਾ 'ਚ ਹੋ ਗਿਆ, ਇੱਕ ਦਿਨ ਨਾਮਦੇਵ ਜੀ ਦੇ, ਇੱਕ ਦਿਨ ਲੋਕਲ ਗੁਰਦੁਆਰੇ। ਸੋ ਅੱਜ ਦਾ ਦਿਨ ਆਪਣਾ ਨਾਮਦੇਵ ਜੀ ਦੇ ਗੁਰਦੁਆਰੇ ਦੇਖਣੇ ਆ ਅਤੇ ਉਹਨਾਂ ਨਾਲ ਸੰਬੰਧਿਤ ਇੱਕ ਮੰਦਰ ਹੈ ਜਿਹੜਾ ਉਹਨਾਂ ਨੇ ਮੰਦਰ ਘੁਮਾਇਆ ਸੀਗਾ ਅਤੇ ਉਹ ਦੇਖਣਾ ਅਤੇ ਜਿੱਥੇ ਉਹਨਾਂ ਦਾ ਜਨਮ ਸਥਾਨ ਹੈ ਉੱਥੇ ਜਾ ਕੇ ਆਵਾਂਗੇ। ਸੋ ਦੇਖਦੇ ਰਹੋ ਅੱਜ ਦਾ ਬਲੌਗ। ਇਹ ਮੰਦਰ ਹੈ ਭਗਤ ਨਾਮਦੇਵ ਜੀ ਨੇ ਜਿਹੜਾ ਮੰਦਰ ਘੁਮਾਇਆ ਸੀਗਾ, ਉਹ ਅੰਦਰਲੇ ਪਾਸੇ ਹੈ ਮੰਦਰ ਦਾ ਅਤੇ ਅੰਦਰ ਚੱਲਦੇ ਹਾਂ। ਕਿਸ ਸਾਈਡ 'ਤੇ ਰਸਤਾ? ਇਸ ਸਾਈਡ। ਅੱਛਾ ਠੀਕ। ਅੰਦਰ ਚੱਕੀ ਹੈ, ਨਾਮਦੇਵ ਜੀ ਜਿਹੜੀ ਚੱਕੀ ਫੇਰਦੇ ਸੀ। ਇੱਥੇ ਨਾ ਨਾਮਦੇਵ ਜੀ ਦੀ ਚੱਕੀ ਰੱਖੀ ਹੋਈ ਹੈ ਅਤੇ ਮੰਦਰ ਦੇ ਕੋਲ ਹੀ ਇਹ ਜਗ੍ਹਾ ਜਿੱਥੇ ਹੁਣ ਹੈਗੇ ਹਾਂ ਅਸੀਂ ਅਤੇ ਆਹ ਮੰਦਰ ਹੈ। ਔਂਦਹਾ, ਇਸਕਾ ਨਾਮ ਕਿਆ ਹੈ? ਔਂਦਹਾ ਨਾਗਨਾਥ। ਔਂਦਹਾ ਨਾਗਨਾਥ ਮੰਦਰ ਇਹਦਾ ਚੱਕੀ ਨਹੀਂ। ਠੀਕ ਹੈ, ਥੈਂਕ ਯੂ। ਅਤੇ ਸੰਗਤਾਂ ਪ੍ਰਤੀ ਬੇਨਤੀ ਹੈ, ਸ਼ਾਂਤੀ ਨਾਲ ਬੈਠੋ, ਚਾਹ ਦੇ ਲੰਗਰ ਦੀ ਭੇਟਾ। ਇੱਥੇ ਕੁਛ ਜਿਹੜੇ ਇਹਨਾਂ ਦੇ ਹੋਰ ਸੰਤ ਹੈ, ਇਹਨਾਂ ਦੀਆਂ ਮਤਲਬ ਸਮਾਧਾਂ ਬਣੀਆਂ ਹੋਈਆਂ ਨੇੜੇ। ਅਤੇ ਹੁਣ ਮੰਦਰ ਚੱਲਦੇ ਹਾਂ ਆਪਾਂ ਦੂਸਰੇ ਪਾਸੇ। ਹਾਂਜੀ, ਇਹ ਮੰਦਰ ਹੈ ਅਤੇ ਜਿਹੜਾ ਨਾਮਦੇਵ ਜੀ ਨੇ ਘੁਮਾਇਆ ਸੀਗਾ। ਇਹ ਭਾਰਤ 'ਚ 12 ਮੰਦਰ ਨੇ ਸ਼ਿਵਜੀ ਨਾਲ ਸੰਬੰਧਿਤ ਨੇ। 8ਵੇਂ ਨੰਬਰ 'ਤੇ ਇਹਦਾ ਸਥਾਨ ਹੈ ਇਹ ਮੰਦਰ ਦਾ। ਇਹਦੇ ਮੰਦਰ ਦੇ ਦੋ ਪਾਰਟ ਆ, ਮਤਲਬ ਦੋ ਭਾਗ ਆ। ਇੱਕ ਤਾਂ ਇਹ ਜਿਹੜਾ ਉੱਪਰੋਂ ਚਿੱਟਾ ਹੈ ਅਤੇ ਥੱਲੋਂ ਇਹ, ਇਸ ਦੀ ਨਿਸ਼ਾਨੀ ਹੈ ਕਿ ਜਦੋਂ ਮੁਗਲ ਕਾਲ ਆਇਆ ਸੀ, ਮੁਗਲ ਉਸ ਟਾਈਮ ਔਰੰਗਜ਼ੇਬ ਨੇ ਅਤੇ ਉੱਪਰਲਾ ਪਾਰਟ ਇਹਦਾ ਢਾਤਾ ਸੀਗਾ ਅਤੇ ਇਹ ਰੀਬਿਲਡ ਕੀਤਾ ਹੋਇਆ ਉੱਪਰੋਂ ਸਾੜਾ ਸਾਰਾ ਅਤੇ ਥੱਲੋਂ ਓਰਿਜਿਨਲ ਹੈ ਉਵੇਂ, ਅਤੇ ਤਾਂ ਹੀ ਥੱਲੇ ਮੂਰਤੀਆਂ ਵਗੈਰਾ ਪੁਰਾਣੀਆਂ ਉਸ ਟਾਈਮ ਦੀਆਂ ਹੈਗੀਆਂ, 5000 ਸਾਲ ਪੁਰਾਣਾ ਅਤੇ ਉੱਪਰ ਨਵਾਂ ਬਣਾਇਆ ਸਾਰਾ ਉੱਪਰਲਾ ਹਿੱਸਾ। ਜਦੋਂ ਵੀ ਤੁਸੀਂ ਇੱਥੋਂ ਦੀ ਲੰਘੋਗੇ ਤਾਂ ਤੁਹਾਨੂੰ ਘੇਰਿਆ ਜਾਊਗਾ, ਘੇਰ ਕੇ ਤੁਹਾਡੇ ਮੱਥੇ 'ਤੇ ਤਿਲਕ ਲਾਏ ਜਾਣੇ। ਇੱਕ ਹੋਰ ਮੰਦਰ ਦੀ ਇਹਦੀ ਖਾਸ ਗੱਲ ਇਹ ਹੈ ਵੀ ਇਹਦੀ ਨੀਂਹ ਨਹੀਂ ਹੈਗੀ ਇਸ ਮੰਦਰ ਦੀ। ਅੱਛਾ, ਨਾਮਦੇਵ ਜੀ ਨੇ ਯਹੀ ਮੰਦਰ ਘੁਮਾਇਆ ਥਾ ਕਿਆ? ਇਹ ਮੰਦਰ ਜੋ ਹੈ ਇਸਕਾ ਪਹਿਲੇ ਫੇਸ ਇਧਰ ਥਾ ਪੂਰਬ ਮੇਂ। ਅੱਛਾ, ਚੜ੍ਹਦਾ ਪਾਸਾ ਹੈ। ਅੱਛਾ, ਉੱਤਰਦਾ ਪਾਸਾ ਹੈ। ਅੱਛਾ, ਜੋ ਬਾਕੀ ਕੇ ਮੰਦਰ ਹੈ ਇੰਡੀਆ ਮੇਂ ਤੋ ਉਸਕੇ ਦਰਵਾਜ਼ੇ ਚੜ੍ਹਦੇ ਪਏ। ਅੱਛਾ, ਤੇ ਇੱਕ ਗੱਲ ਹੋਰ ਬਈ, ਜਿਹੜੇ ਇਹ ਮੰਦਰ ਹੈ, ਮਤਲਬ 12 ਮੰਦਰ ਹੈ ਇਹ ਜੇ, 12 ਹੈ ਨਾ, 12 ਮੰਦਰਾਂ 'ਚੋਂ 11 ਮੰਦਰਾਂ ਦੇ ਦਰਵਾਜ਼ੇ ਚੜ੍ਹਦੇ ਵਾਲੇ ਪਾਸੇ ਹੈ ਅਤੇ ਇਕੱਲਾ ਇਹ ਮੰਦਰ ਹੈ ਜਿਹਦਾ ਦਰਵਾਜ਼ਾ ਛਿਪਦੇ ਵਾਲੇ ਪਾਸੇ ਹੈ, ਦੱਖਣ ਵਾਲੀ ਸਾਈਡ ਹੈਗਾ। ਅਤੇ ਇਹ ਤੋਂ ਕਿਹਾ ਜਾਂਦਾ ਵੀ ਇਹ ਮੰਦਰ ਘੁਮਾਤਾ ਸੀਗਾ ਨਾਮਦੇਵ ਜੀ ਨੇ ਇਹਦੀ। ਹਾਂ, ਇਹਦੀ ਨੀਂਹ ਹੈ ਨੀ ਇਹ ਮੰਦਰ ਹੈ ਸਾਹਮਣੇ ਵਾਲੇ ਪਾਸੇ। ਹੁਣ ਆਪਾਂ ਚੱਲਦੇ ਹਾਂ ਉੱਧਰ ਦੀ ਐਂਟਰੀ ਹੈ ਮੇਨ। ਇੱਧਰ ਮੰਦਰ ਦੇ ਸਾਹਮਣੇ ਨਾ ਉਹ ਜਗ੍ਹਾ ਜਿੱਥੇ ਨਾਮਦੇਵ ਜੀ ਨੇ ਬੈਠ ਕੇ ਕੀਰਤਨ ਕੀਤਾ ਸੀਗਾ ਅਤੇ ਪਹਿਲਾਂ ਮੰਦਰ ਦੇ ਅੰਦਰ ਸੀਗੇ, ਅੰਦਰੋਂ ਉਹਨਾਂ ਨੂੰ ਮੰਦਰ 'ਚੋਂ ਕੱਢਤਾ ਸੀਗਾ, ਕਹਿੰਦੇ ਵੀ ਕਿਉਂਕਿ ਉਹ ਨੀਵੀਂ ਜਾਤ ਦੇ ਆ, ਨੀਵੀਂ ਜਾਤ ਦੇ ਕਰਕੇ ਕਿ ਮੰਦਰ 'ਚ ਆਉਣਾ ਅਲਾਊਡ ਨਹੀਂ। ਫਿਰ ਉਹ ਮਤਲਬ ਇੱਥੇ ਆ ਗਏ ਸੀਗੇ ਕਿ ਸਿਰਫ ਪੰਡਿਤ ਦੀ ਪੂਜਾ ਕਰ ਸਕਦਾ, ਅਤੇ ਫਿਰ ਇਤਿਹਾਸ ਆਉਂਦਾ ਕਿ ਉਹ ਮੰਦਰ ਦਾ ਮੂੰਹ ਇੱਧਰ ਨੂੰ ਹੋ ਗਿਆ, ਪਹਿਲਾਂ ਇਹਦਾ ਮੂੰਹ ਉਸ ਸਾਈਡ ਸੀਗਾ ਮੰਦਰ ਦਾ, ਉਹ ਮੰਦਰ ਦੇ ਪਿਛਲੇ ਪਾਸੇ ਬਹਿ ਕੇ ਕੀਰਤਨ ਕਰਨ ਲੱਗ ਗਏ। ਅਤੇ ਮੰਨਿਆ ਜਾਂਦਾ ਵੀ ਇਸ ਮੰਦਰ ਦਾ ਮੂੰਹ ਉਹਨਾਂ ਕਦੀ ਹੋ ਗਿਆ ਵੀ ਪਰਮਾਤਮਾ ਨੇ ਜਾਂ ਕਿਵੇਂ ਵੀ ਉਹ ਮਤਲਬ ਮੰਦਰ ਦਾ ਮੂੰਹ ਘੁੰਮ ਗਿਆ। ਹੁਣ ਇਹ ਇੱਕੋ ਇੱਕ ਮੰਦਰ ਹੈ ਇੰਡੀਆ 'ਚ ਜਿਹਦਾ ਮੂੰਹ ਛਿਪਦੇ ਵਾਲੇ ਪਾਸੇ ਹੈ 12 ਮੰਦਰਾਂ 'ਚੋਂ, ਅਤੇ ਮੰਦਰ ਦੇ ਅੰਦਰੋਂ ਦੇਖਦੇ ਹਾਂ। ਇਹ ਮੰਦਰ ਦੇ ਹੇਠਲੇ ਪਾਸੇ ਜਾ ਕੇ ਇੱਕ ਸ਼ਿਵਲਿੰਗ ਬਣਿਆ ਹੋਇਆ ਜੋ ਕਿ ਚਾਂਦੀ ਦਾ ਹੈਗਾ,
ਬਾਕੀ ਸ਼ਿਵਲਿੰਗ ਨਾਲ ਫਰਕ ਆ। ਇਹ ਨਾਮਦੇਵ ਜੀ ਦੀ ਯਾਦ 'ਚ ਪਿਛਲੇ ਪਾਸੇ ਮੰਦਰ ਬਣਿਆ ਹੋਇਆ, ਜਿਹੜਾ ਵੱਡਾ ਮੰਦਰ ਆ ਉਹਦੇ ਬਿਲਕੁਲ ਪਿਛਲੇ ਪਾਸੇ ਮੰਦਰ ਹੈ ਸੰਤ ਨਾਮਦੇਵ ਜੀ ਦਾ। ਅੱਛਾ, ਇਸ ਕੇ ਅੰਦਰ ਨਾਮਦੇਵ ਜੀ ਕਾ ਮੂਰਤੀ ਲਗਾਇਆ ਹੈ। ਅੱਛਾ, ਭਗਤ ਨਾਮ ਜੀ ਦੇ ਚਰਨ ਹੈ, ਹੈਂ यहाँ पे खड़े होके उन्होंने कीर्तन किया था, उनके चरण है। अच्छा, उनके याद में ये मंदिर बाद बनाया। अच्छा, ये बाद में बनाया है। ठीक है, नामदेव जी के जो भगवान थे विट्ठल, जिन्होंने नामदेव जी को 72 बार दर्शन दिया अलग अलग रूप में, उनका पीछे मंदिर है जो उनके साथ में। जब नामदेव जी यहाँ पे बैठ के अपना कीर्तन भजन कर रहे थे, जो गुरुवाणी में अपनी वाणी लिखी है, ए भी विठ्ठल ओ बे विठ्ठल विठ्ठल बिन संसार नहीं, जो गुरुवाणी में अपनी दूसरी वाणी लिखी है, दूध कटोरे कड़वे पानी नामदेव कपला दो यानी, दूध पियो मेरे गोविंद रायो घर को बाप रिसायो, सुन कटोरे अमृत भरी लेना आया हमें धरी, असत खेलत तेरे देहरे आया लेना माँ पगड़ उठाया, हिनड़ी जात मेरे जात में राया सीपी के जलम काहे को आया, ले कमली जो लो पलटाए देहरे पास से बैठा जाए, जो जो नामा हर गुण उचरे भगत जना का देहरा फिरे। तो ये मंदिर है जो घुमाया था भगत नामदेव जी ने। इसका एंट्रेंस पहले सन 1212 में पहले उधर था पूरब दिशा में, जब नामदेव जी मंदिर के सामने कीर्तन कर रहे थे, पंडित लोगों ने पूरब से उठाकर पश्चिम दिशा में बिठा दिया। तो इधर आके उन्होंने अरदास की, जाति धर्म बनाना है तो इंसान क्यों बनाया, ये तो वहाँ पे उन्होंने कीर्तन चालू किया, तो सारा मंदिर पूरब से पश्चिम में घूम गया। हुण आपां जावांगे भगत नामदेव जी दे घरे, जिहड़ा कि उन्हां दा जद्दी घर है, ये नरसी पिंड दे विच पैंदा, नरसी नामदेव भी इहनूं कहि दिंदे आ, ते हंगोली जिला पैंदा इहनूं, महाराष्ट्र स्टेट है, ते इत्थे उन्हां दा जद्दी पिंड सी, इत्थे उन्हां दा घर हैगा। ये आ गया नरसी पिंड, जिहड़ा भगत नामदेव जी दा जन्म स्थान है, ते नंदेड़ तों लगभग 110 किलोमीटर है, ते इत्थे आउण दे सानूं लगे आ 2.5 घंटे लग जाते हैं, 2 to 2.5 घंटे। रोड साफ है तो बने हुए, जिमें करनाटका आप बिधर जाने गुरुद्वारा नानक जीरा साहब, उधरों ज़्यादा वधिया रस्ता इधर, क्योंकि उधर का रस्ता तो बहुत ज़्यादा खराब दसते है। ये आ गया भगत नामदेव जी का घर आ गया, बोर्ड लगे हुए बाहर, बाकी होर भी संगत आई हुई है। ये जन्म स्थान है भगत नामदेव जी का, उपर बिल्डिंग एक होर पाई हुई है, जिहड़ा असली है वह इन अंदर मतलब संभाल के रखे हुआ है, जो असली घर उस वेले होना। ये आप दर्शन बाद करते हैं, पहला आप चलते हैं उपर दी, तस्वीर वगैरह लगे हुई अंदर नामदेव जी नाल संबंधित ने सारिया, मेरे ख्याल नामे नारायण ना ही भेद डॉक्टर। ये मंदिर की तस्वीर दिखाई हुई शायद, जिहड़ा मंदिर घुमाए जिहड़ा भगत नामदेव जी कहे तो कहने मंदिर घूम गया सीगा, श्रोमणी भगत बाबा नामदेव इस जगह के मालिक हैं, उन्होंने तखांदे पैंदे इहदे, इत्थों दे दरवाजा रखे हुए अंदर जाने लई। ये निक्की जी दी छत आ, ते इत्थे भगती कीती है कहिंदे भगत नामदेव जी ने, अंदर कुछ आ तस्वीरां फोटो वगैरह रखी हुई, गुरु साहब की गुरु नानक देव जी रखी है, तो साइड पर भगत नामदेव जी की फोटो रखी है, तो आदा गेट है इधर दी आप बाहर आना है। इधर बारला पासा बारले पास्यों इस तरह देखता है कुछ, बाबा जी ने इधर इतिहास पुछते हैं, जड़े बहने इतिहास पुछते हैं। इस जगह दे विच बाबा जी का जन्म होया सी, ए पहला भोरा सी, 5 फुट डूंगा सी, उस वेले भोरे नूं मौसम वजों ठीक समझा जांदा सी। आ दरवाजा पुराना ही है, दूजा दरवाजा बाद च लाया गया, पहला इधरों एंट्री सी, उधर रोशनदान जिनी जगह सी, लम्मे पै के बाहर निकलते सी, उपर चंदोआ साहब इस करके दिता, साड़ियां बीबियां मिट्टी लै जांदियां, इन्होंने गुरु नानक देव जी की कंध नहीं छड़ी, अद्धी कंध लै गई, अखीर उन्होंने शीशे च मड़ी है। ये जगह बिल्कुल उही है, तो नरसी पिंड दे बिल्कुल विचकार जी हैगी, इत्थे फाउंडेशन स्टोन भी इन्होंने लाया हुआ है, तो अंदर तो उमी जगह संभाली गई है जिमें
है सी। पंजाब तो इत्थे आई सारी संगत बहुत सारी हल्दी खरीदी है क्योंकि इत्थे हल्दी सस्ती है ते नाल होर मैं लगता जीरा वगैरह ते जां दालां होर भी कुछ सस्ता शायद मिलता है। दुकान लगी आप विच्चों ही दी लंघ के दिखा दें कि कुछ खुश ने ले ली हल्दी हुल्दी कहनी लेके जाइए कुछ तो खाली कहू मुड़ना चलो 5,000 का समान खड़े खड़े ले लेंदे ने इत्थे बाबे अपने। हां बहुत वधिया फोटो खिंचदे जी खिंचदी आ गई थोड़ी फोटो। ये पिंड दे बाहर बाहर ना नरसिंह पिंड दे बाहर भगत नामदेव जी नाल संबंधित मंदिर हैगा ते इत्थे ओह गटाउण आया करदे सीगे ते इदों बाद च इक होर मंदिर है जिथे उन्हां ने कीर्तन कीता सीगा उत्थे चलांगे। हुण आपां जावांगे गुरद्वारा साहिब जो कि नरसी पिंड तो 3-4 किलोमीटर बाहर मेन रोड ते बनया होया ते इह गुरद्वारा साहिब बाबा नामदेव जी दी याद दे विच बनाया गया जो कि इतिहासिक नहीं हैगा पर इहदी इमारत अजे बन रही है मतलब पूर्ण तौर ते मुकम्मल नहीं होया। पहला छोटा जिहा मतलब जगह दे विच इमारत हुंदी सीगी छोटी जगह दे विच ते हुण इह नवीं बाबिआं वल्लों सेवा करवाई जा रही हैगी। यह गुरद्वारा साहब बाबा नामदेव जी भगत नामदेव जी की याद च बनाया होया इधर इमारत का काम चल रहा है जी जिहड़ा आप पिछे देखिए तो ये इत्थे दरबार साहब तो ये सामने लंगर हॉल तो यह इतिहासिक तो नहीं है नामदेव जी नाल संबंधित कोई भी इतिहास नहीं है पर उन्हां दी याद च इत्थे बनाया है। पिंड दे बार बार जिहड़ा नरसी पिंड है ना उह तों 1-2 किलोमीटर बाहर मेन सड़क ते है मेन रोड के उपर अज का ब्लॉग तो असं वापस पहुँच गए हाँ हजूर साहब गुरद्वारा लंगर साहब के कोल ही इतों ही गड्डिया चल दया सवेरे जाने सवेरे ये बिदर जाने थोड़िया जल्दी चल दया 6 बजे चल दया तो यह चलती है मतलब 7-8-9 280 रुपए का किराया तो लगभग 8 घंटे का सफ़र है। 3 गुरद्वारा साहब आते जिसे एक इतिहासिक हैगा तो 2 वैसे बनाए हुए हैं तो 3 मंदिर आते हैं 6 चीज़ा टोटल देखने के लिए। वीडियो चंगी लगी हुई लाइक करो शेयर करो तो होर थावां देखने लिए साडा चैनल सबसक्राइब करो तो मिलते हैं आप नवे ब्लॉग कल बेदर गुरद्वारा नानक झीरा साहब कर्नाटका तो सो इंतजार करो अगले ब्लॉग का। तद तक अलविदा रब रखा।